ਸੁੱਖਾ ਕਾਲਵਾ ਗੈਂਗ ਦੇ 6 ਮੈਂਬਰਾਂ ਨੂੰ ਪੁਲਿਸ ਨੇ ਇੱਕ ਨਾਕੇ ਦੌਰਾਨ ਗ੍ਰਿਫਤਾਰ ਕੀਤਾ। ਇਹਨਾਂ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ, ਜਿਨ੍ਹਾਂ ਵਿੱਚੋਂ 4 ਪਿਸਟਲ, ਕਾਰਤੂਸ ਤੇ 250 ਨਸ਼ੀਲੇ ਕੈਪਸੂਲ ਪਾਊਡਰ ਫੜਿਆ ਹੈ। ਔਰ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਗੋਪੀ ਗੈਂਗ ਨਾਲ ਮਿਲ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਬੈਠੇ ਸਨ। ਪੁਲਿਸ ਆਫੀਸਰ ਦਾ ਸੁਣੋ ਬਿਆਨ। ਇਹ ਜਦੋਂ ਇਹਨਾਂ ਦੀ ਪੁੱਛਗਿੱਛ ਡਿਟੇਲ ਦੇ ਵਿੱਚ ਕੀਤੀ ਗਈ ਤੇ ਇਹਦੇ ਵਿੱਚ ਗੱਲ ਸਾਹਮਣੇ ਆਈ ਕਿ ਇਹ ਗੋਪੀ ਨਿੱਜਰ ਇੱਕ ਗਰੁੱਪ ਹੈਗਾ, ਇੱਕ ਗੈਂਗ ਹੈਗਾ, ਜਿਹੜਾ ਕਿ ਸੁੱਖਾ ਕਾਲਵਾ ਜਿਹੜਾ ਕੁਛ ਸਮਾਂ ਪਹਿਲਾਂ ਮਰ ਗਿਆ ਸੀਗਾ ਉਹਦੇ ਨਾਲ ਦਾ। ਇਹਨਾਂ ਦੀ ਬਿੰਨੀ ਗੁੱਜਰ ਨਾਲ ਜੋ ਹੁਸ਼ਿਆਰਪੁਰ ਦਾ ਗੈਂਗਸਟਰ ਹੈ ਉਹ ਵੀ ਜੇਲ੍ਹ 'ਚ ਹੈ, ਉਹਦੇ ਗਰੁੱਪ ਨਾਲ ਲੜਾਈ ਹੈ। ਇਹ ਇੱਕ ਦੂਸਰੇ ਦੇ ਖਿਲਾਫ ਵਾਰਦਾਤਾਂ ਕਰਦੇ ਰਹਿੰਦੇ ਨੇ ਅਤੇ ਇਹ 4 ਪਿਸਤੌਲ ਜਿਹੜੇ ਹੈ ਇਹਨਾਂ ਨੇ ਉਹਨਾਂ ਨਾਲ ਲੜਾਈ ਕਰਨ ਲਈ ਮੰਗਵਾਏ ਸੀ ਅਤੇ ਹੋਰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਮੰਗਵਾਏ।